ਇਕੱਠਾ ਯੂਨਾਈਟ ਹੋਣ ਦੀ ਗੱਲ ਕਰਦਾ, ਇਕੱਠੇ ਹੋਣ ਦੀ ਗੱਲ ਕਰਦਾ, ਉਸ ਮੀਟਿੰਗ 'ਚ ਕਿਉਂ ਨਹੀਂ ਇਕੱਠੇ ਹੋਏ ਜਾਂ ਕੀ ਕਾਰਨ ਰਹੇ? ਮਤਭੇਦ ਬਰਕਰਾਰ ਨੇ। ਜਦੋਂ ਆਪਾਂ ਬੈਠਦੇ ਹਾਂ ਵੀ ਆਪਾਂ ਇਕੱਠੇ ਹੋ ਕੇ ਚੱਲੇ ਗਏ, ਜੇ ਆਪਾਂ ਇਕੱਠੇ ਹੋ ਕੇ ਨਹੀਂ ਵੀ ਚੱਲ ਸਕੇ ਤਾਂ ਫਿਰ ਆਪਾਂ ਉਹਨੂੰ ਭੰਨਣਾ ਥੋੜ੍ਹੀ ਸ਼ੁਰੂ ਕਰ ਦਿੰਦੇ ਹਾਂ ਵੀ ਹਾਂ ਇਹ ਤਾਂ ਇਸ ਅੰਦੋਲਨ ਨੇ ਬੜੇ ਚਿਹਰੇ ਨੰਗੇ ਕੀਤੇ ਆ। ਬੜੇ ਲੱਖੇ ਦੇ ਜਿਹੜੇ ਵਿਰੋਧੀ ਆ ਉਹ ਕਹਿੰਦੇ ਲੱਖਾ ਵੀ ਨੰਗਾ ਹੋ। ਮੈਂ ਕਹਿੰਦਾ ਵੀ ਬੜੇ ਬੜੇ ਵੱਡਿਆਂ ਦੇ ਨਕਾਬ ਲੈ ਗਏ, ਲੈਣੇ ਆ। ਜੇ ਲੱਖਾ ਉਹਦੇ 'ਚ ਇੱਕ ਹੋਇਆ ਤਾਂ ਲੱਖੇ ਦਾ ਨਕਾਬ ਵੀ ਰਹਿ ਜੂ। ਲੱਖਾ ਕਿਹੜੀ ਵੱਡੀ ਮਾਂ ਦਾ ਪੁੱਤ ਆ? ਲੱਖੇ ਦੇ ਵਿਰੋਧੀ ਕਹਿੰਦੇ ਆ ਲੱਖੇ ਨੇ ਵਿਧਾਨ ਸਭਾ ਲੜਨੀ। ਲੜਨਾ ਕੋਈ ਮਾੜੀ ਗੱਲ? ਤੁਸੀਂ ਲੜ ਲਓ ਯਾਰ। ਜੇ ਤੁਸੀਂ ਲੜਨ 'ਤੇ ਗੱਲ ਆਉਂਦੇ ਆ ਵੀ ਇਕੱਲਾ ਇਹ MLA ਬਣਦਾ ਹੈ ਜਾਂ ਇਹਨੇ ਮੁੱਖ ਮੰਤਰੀ ਜਾਂ ਮੰਤਰੀ ਬਣਨਾ ਜਾਂ ਸਰਕਾਰ ਜਾਂ ਪਾਰਟੀ ਬਣਾਉਣ ਨੂੰ ਫਿਰਦਾ, ਤੁਸੀਂ ਬਣਾ ਲਓ ਬਈ। ਕੋਈ ਬੰਦਾ ਪੰਜਾਬ ਲਈ ਚੰਗਾ ਕੰਮ ਕਰ ਰਿਹਾ ਪਰ ਮੇਰੇ ਉਹਦੇ ਵਿਚਾਰਕ ਮਤਭੇਦ ਹੈਗੇ ਆ ਅਤੇ ਮੈਂ ਉਹਨੂੰ ਉਹਦੀ ਉਹ ਗੱਲ ਨੂੰ ਭੁਲਾ ਕੇ ਅਤੇ ਮੈਂ ਉਹਨੂੰ ਛੱਜ ਪਾ ਕੇ ਛੱਡਣਾ ਸ਼ੁਰੂ ਕਰਦਾ ਵੀ ਨਹੀਂ ਜੀ ਇਹ ਤਾਂ ਦੇਖੋ ਇਹ ਤਾਂ ਬੰਦਾ ਮਾੜਾ ਹੈ। ਜਿਹੜਾ ਵੀ ਬੰਦਾ ਅੱਜ ਇਸ ਮੋਰਚੇ ਨੂੰ ਪੰਥ ਬਨਾਮ ਕਾਮਰੇਡ, ਨੌਜਵਾਨ ਬਨਾਮ ਬਜ਼ੁਰਗ, ਜਿਹੜਾ ਬੰਦਾ ਕਰ ਰਿਹਾ ਉਹ ਸਾਡਾ ਹਮਾਇਤੀ ਨਹੀਂ, ਸਾਡਾ ਸੱਜਣ ਨਹੀਂ, ਸਾਡਾ ਉਹ ਸਾਡਾ ਕੋਈ ਭਲਾ ਚਾਹੁਣ ਵਾਲਾ ਬੰਦਾ ਨਹੀਂ, ਉਹ ਸਾਡਾ ਵਿਰੋਧੀ ਆ, ਸਾਡਾ ਦੁਸ਼ਮਣ ਆ। 26 ਤਰੀਕ ਨੂੰ ਮੈਨੂੰ ਗਦਾਰ ਦਾ ਮੇਰੇ 'ਤੇ ਲਾ ਦਿੱਤਾ ਗਿਆ, ਦਲਾਲ ਸਰਕਾਰ ਦਾ ਬੰਦਾ, ਏਜੰਸੀਆਂ ਦਾ ਬੰਦਾ। ਮੈਂ ਬੋਲਿਆ? ਮੈਂ ਅੱਜ ਤੱਕ ਨਹੀਂ ਬੋਲਿਆ, ਬੋਲੂੰਗਾ ਵੀ ਨਹੀਂ। ਮੈਂ ਉਸੇ ਗੱਲ 'ਤੇ ਖੜ੍ਹਾ ਅੱਜ ਵੀ ਕਿ ਜਿਹੜੀ ਗੱਲ ਸਾਡੀ ਤੈਅ ਹੋਈ ਸੀਗੀ ਕਿ ਜੋ ਵੀ ਮੀਟਿੰਗ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਹੋਣਗੀਆਂ ਉਹਨੂੰ ਆਪਾਂ ਜਨਤਕ ਨਹੀਂ ਕਰਾਂਗੇ। ਜੇ ਮੰਨ ਲਓ ਮੈਂ ਸਹਿਮਤੀ ਦੇ ਦਿੰਦਾ ਵੀ ਹਾਂ ਭਾਈ ਆਪਾਂ ਚੱਲਦੇ ਹਾਂ, ਇਕੱਠੇ ਚੱਲਦੇ ਹਾਂ, ਫਿਰ ਮੈਂ ਚੰਗਾ ਹੋ ਜਾਂਦਾ? ਮੈਂ ਤਾਂ ਇੰਨਾ ਹੀ ਮੇਰਾ ਸਵਾਲ ਹੈ, ਫਿਰ ਕੀ ਮੈਂ ਚੰਗਾ ਹੋ ਜਾਣਾ ਸੀ? ਅੱਜ ਮੈਨੂੰ ਲੱਗਿਆ ਕਿ ਯਾਰ ਨਹੀਂ, ਹਲੇ ਮੇਰੀਆਂ ਗੱਲਾਂ ਦੇ, ਮੇਰੇ ਸਵਾਲਾਂ ਦੇ ਕੁਝ ਜਵਾਬ ਨਹੀਂ ਮੈਨੂੰ ਠੋਸ ਮਿਲੇ। ਕੋਈ ਗੱਲ ਨਹੀਂ, ਹੋਰ ਮੀਟਿੰਗਾਂ ਦੇ ਵਿੱਚ ਮਿਲ ਜਾਣਗੇ, ਹੌਲੀ ਹੌਲੀ ਗੱਲਾਂ ਸਾਫ਼ ਹੋ ਜਾਣੀਆਂ, ਇਕੱਠੇ ਵੀ ਚੱਲਿਆ ਜਾ ਸਕਦਾ। ਹਾਂ ਜਿੱਦੇ ਬੋਲੂੰਗਾ ਫਿਰ ਉਹਦੇ ਇੱਕ ਪਾਸਾ ਹੋ ਜੂਗਾ। ਬਾਪੂ ਹਰਦੀਪ ਸਿੰਘ ਡਿਪਟਵਾ ਵੀ ਕਿਸਾਨੀ ਦੀ ਗੱਲ ਕਰਦੇ ਆ, ਉਹਨਾਂ ਦੇ ਉੱਤੇ ਉਹਨਾਂ ਦੀ ਪਰਿਵਾਰ ਨੇ ਇਲਜ਼ਾਮ ਲਾਏ ਆ ਕਿ ਮੋਰਚੇ ਨੂੰ ਖਰਾਬ ਕਰ ਰਹੇ ਆ ਉਹ। ਮੈਂ ਅਤੇ ਬਾਪੂ ਹਰਦੀਪ ਸਿੰਘ ਡਿਪਟਵਾ ਇਕੱਠੇ ਹੋਏ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਮੇਰੇ ਮੁੰਡੇ ਨੂੰ ਇਹ ਗੱਲ ਕਹਿ ਰਹੇ ਨੇ ਵੀ ਤੂੰ ਆਪਣੇ ਬਾਪ ਦੇ ਖਿਲਾਫ਼ ਬਿਆਨ ਦੇ। ਉਹਨਾਂ ਨੇ ਦਰਸ਼ਨਪਾਲ ਦਾ ਨਾਂ ਲਿਆ ਸੀਗਾ ਵੀ ਮੁਜ਼ੱਫਰਨਗਰ ਰੈਲੀ ਦੇ ਵਿੱਚ ਇਹਨਾਂ ਨੇ ਗੱਲ ਕੀਤੀ। ਚਲੋ ਮੈਂ ਵੀ ਸੁਣ ਰਿਹਾ ਸੀਗਾ ਅਤੇ ਬਾਪੂ ਡਿਪਟਵਾ ਵੀ ਸੁਣ ਰਹੇ ਸੀ ਤਾਂ ਦਰਸ਼ਨਪਾਲ ਨੇ ਕੋਈ ਗੱਲ ਕਹੀ, ਉਹ ਕਹਿੰਦੇ ਵੀ ਦੱਸੋ ਕੌਣ ਕਹਿੰਦਾ ਵੀ ਮੈਂ ਇਹਨਾਂ ਦੇ ਬੇਟੇ ਨੂੰ ਕਿਹਾ ਹੋਵੇ। ਉੱਥੇ ਬਾਪੂ ਡਿਪਟਵਾ ਨੇ ਇੱਕ ਇਹ ਵੀ ਗੱਲ ਕਹੀ ਕਿ ਲੱਖਾ ਉੱਥੇ ਬੈਠਾ ਸੀ ਜਦੋਂ ਬੋਲਿਆ ਗਿਆ ਤਾਂ ਮੈਂ ਉੱਥੇ ਨਹੀਂ ਮੌਜੂਦ ਸੀ। ਜੇ ਮੈਂ ਉੱਥੇ ਮੌਕੇ 'ਤੇ ਮੌਜੂਦ ਹੁੰਦਾ ਮੈਂ ਉੱਥੇ ਹੀ ਵਿਰੋਧ ਕਰਨਾ ਇਸ ਗੱਲ ਦਾ ਵੀ ਇਹ ਨਹੀਂ, ਦੇਖੋ ਇਹ ਘਰਾਂ ਦੀ ਲੜਾਈ ਹੈ, ਇਹ ਅਗਲਾ ਘਰੇ ਨੂੰ ਜਿੱਥੇ ਜਾ ਕੇ। ਕਦੇ ਕਿਸਾਨ ਨੂੰ ਸੋਕੇ ਦੀ ਮਾਰ ਪੈ ਜਾਂਦੀ ਹੈ ਤੇ ਕਦੇ ਹੜਾਂ ਦੀ ਮਾਰ ਪੈ ਜਾਂਦੀ ਹੈ, ਕਦੇ ਚਿੱਟੀ ਸੁੰਡੀ ਆ ਜਾਂਦੀ ਹੈ ਤੇ ਕਦੇ ਗੁਲਾਬੀ ਸੁੰਡੀ ਆ ਜਾਂਦੀ ਹੈ। ਅੱਜ ਵੀ ਨਰਮੇ ਦੀ ਫਸਲ ਤਬਾਹ ਹੋ ਗਈ, ਪੰਜਾਬ ਦੀ ਨਰਮਾ ਪੱਟੀ ਆਖੀ ਜਾਂਦੀ ਆ ਮਾਲਵਾ ਬੈਲਟ ਤੇ, ਮਾਲਵਾ ਬੈਲਟ ਦੀ ਸਾਰੀ ਫਸਲ ਤਬਾਹ ਹੋ ਗਈ। ਕਿਸਾਨਾਂ ਨੇ ਧਰਨਾ ਲਾਇਆ ਸੀ ਤਲਵੰਡੀ ਸਾਬੋ ਵਿਖੇ ਤੇ ਧਰਨਾ ਹੁਣ ਸਮਾਪਤ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਭਰੋਸਾ ਦਵਾਇਆ ਸਾਡੇ ਨਾਲ ਲੱਖਾ ਸਧਾਣਾ ਨੇ, ਸਵਾਗਤ ਹੈ ਬਾਈ ਪ੍ਰੋ ਪੰਜਾਬ ਟੀਵੀ। ਸ਼ੁਕਰੀਆ ਜੀ। ਪ੍ਰਸ਼ਾਸਨ ਨੇ ਭਰੋਸਾ ਦਵਾਇਆ ਗਰਦੌਰੀ ਗੱਲ ਕੀਤੀ ਜਾਊਗੀ, ਕਹਿੰਦੇ ਕੀਟਨਾਸ਼ਕ ਦਵਾਈਆਂ ਵੀ ਫ੍ਰੀ ਦੇਵਾਂਗੇ, ਡਿਪਟੀ CM ਸੁਖੀ ਰੰਧਾਵਾ ਕਹਿੰਦੇ, ਭਰੋਸਾ ਹੈਗਾ? ਦੇਖੋ ਇਹ ਭਰੋਸੇ ਇਹਨਾਂ ਦੇ ਆਪਾਂ ਪਹਿਲਾਂ ਵੀ ਦੇਖਦੇ ਹਾਂ, ਵਾਅਦੇ ਕਦੇ ਵਫਾ ਨਹੀਂ ਹੋਏ ਕਿ ਬਥੇਰੀਆਂ ਸਰਕਾਰਾਂ ਵੇਲੇ ਇੱਥੇ ਲੋਕਾਂ ਦੀਆਂ ਫਸਲਾਂ ਮਰਦੀਆਂ ਰਹੀਆਂ, ਕਦੇ ਹੜਾਂ ਨਾਲ ਜਿਵੇਂ ਤੁਸੀਂ ਗੱਲ ਕੀਤੀ, ਕਦੇ ਸੋਕੇ ਨਾਲ, ਕਦੇ ਸੁੰਡੀਆਂ ਨਾਲ, ਕਦੇ ਸਪਰੇਹਾਂ ਨਾਲ, ਕਦੇ ਨਕਲੀ ਵੀ ਆ ਗਏ, ਦੇਖਦੇ ਹਾਂ। ਨਹੀਂ ਪਰ ਸਾਡੇ ਕੋਲ ਸੰਘਰਸ਼ ਦਾ ਰਾਹ ਤਾਂ ਹੈਗਾ ਹੀ ਹੈ। ਸੋ ਅੱਜ ਇੱਥੇ ਆ ਕੇ ਅਧਿਕਾਰੀਆਂ ਨੇ ਗਰਦੌਰੀ ਕਰਨ ਦਾ ਵੀ ਜਿਹੜਾ ਭਰੋਸਾ ਦਵਾਇਆ ਵੀ ਕੱਲ੍ਹ ਤੋਂ ਹੀ ਪਟਵਾਰੀ ਤੁਹਾਡੇ ਆ ਖੇਤਾਂ 'ਚ ਗਰਦੌਰੀ ਕਰਨਗੇ, ਜਿੰਨਾ ਜਿੰਨਾ ਨੁਕਸਾਨ ਹੋਇਆ ਉਸ ਹਿਸਾਬ ਨਾਲ ਮੁਆਵਜ਼ਾ ਸਰਕਾਰ ਨੇ ਵੀ ਅੱਜ ਇਹ ਮੰਤਰੀ ਸੁਰਜਿੰਦਰ ਰੰਧਾਵੇ ਦਾ ਬਿਆਨ ਆਇਆ ਕਿ ਅਸੀਂ ਉਹ ਦੇਵਾਂਗੇ। ਸੋ ਦੇਖਦੇ ਹਾਂ, ਜੇ ਨਹੀਂ ਗੱਲ 'ਤੇ ਆਉਣਗੇ ਤਾਂ ਫਿਰ ਕੋਈ ਗੱਲ ਨਹੀਂ, ਅਗਲਾ ਰਾਹ ਹੈ ਜਿਹੜਾ ਸਾਡੇ ਕੋਲ ਸੰਘਰਸ਼ਾਂ ਦਾ ਹੈਗਾ ਹੀ ਹੈ। ਮੈਂ ਇੱਕ ਤੁਹਾਡੀ ਸਪੀਚ ਸੁਣ ਰਿਹਾ ਸੀ, ਤੁਸੀਂ ਆਖ ਰਹੇ ਸੀ ਕਿ ਅਸੀਂ ਉਦੋਂ ਨਹੀਂ ਦੇਸ਼ ਛੱਡ ਕੇ ਭੱਜੇ ਆਪਦਾ ਜਦੋਂ ਸਾਡੇ ਸਿਰਾਂ ਦੇ ਮੁੱਲ ਪਏ, ਅੱਜ ਨੌਜਵਾਨ ਕਿਉਂ ਬਾਹਰ ਜਾ ਰਹੇ ਆ? ਇੱਥੇ ਕਈ ਨੌਜਵਾਨ ਮਿਲੇ, ਕਹਿੰਦੇ ਅਸੀਂ ਮਿਹਨਤੀ ਵੀ ਹਾਂ, ਅਸੀਂ ਨਸ਼ਾ ਵੀ ਨਹੀਂ ਕਰਦੇ, ਅਸੀਂ 5-5 ਕਿੱਲੇ ਠੇਕੇ 'ਤੇ ਲੈ ਕੇ ਵਾਹੀ ਕਰ ਰਹੇ ਹਾਂ ਤਾਂ ਫਸਲਾਂ ਐਂ ਤਬਾਹ ਹੋ ਰਹੀਆਂ, ਕਹਿੰਦੇ ਅਸੀਂ ਬਾਹਰ ਨਾ ਜਾਈਏ ਤਾਂ ਫਿਰ ਕੀ ਕਰੀਏ? ਅਲਟਰਨੇਟਿਵ ਹੋ ਰਿਹਾ ਕਹਿੰਦੇ ਸਾਡੇ ਕੋਲ। ਨਹੀਂ ਦੇਖੋ ਮੈਂ ਗੱਲ ਇਹੀ ਆਪਾਂ ਕਰਦੇ ਸੀਗੇ ਕਿ ਵੀ ਅਸੀਂ ਬੜੇ ਚੰਗੇ ਮਾੜੇ ਦੌਰ ਦੇਖੇ ਆ, ਮੈਂ ਤਾਂ ਗੱਲ ਕਰਦਾ ਹੁੰਦਾ ਵੀ ਬੜਾ
दुख तकलीफा बड़ा संताप हंडाया कौम ने ते एडे एडे घल्लू घारे झले आ कौम ने ते उन्हां घल्लू घारियां तो बाद कौम बहुत चढ़दी कला च हो के उदू बाद नित्री आ कौम उदू बाद दुबारा फिर वो कौम उठी आ भी अज ठीक है। एक बहुत बड़ा दुखांत आ पंजाब दा के बेरोजगारी होगी नौकरियां नहीं हैगियां फसलां साडियां किसी ना किसी तरीके नाल मर रही ने पानी साढ़े डूंगे जा रहे आ जां जहरीले हो रहे ने जाने भी सानू कोई राह नहीं दिखता अज पंजाब दे विच रह के कि किहड़ा राह जिहड़े असीं पै के इस पंजाब नूं बचा लईए। पर मैं कहना हुंदा कि सदा समा नहीं इक्को जिहा रहिंदा कुदरत दा भी एक निज़म है कि तब्दीली है जिहड़ी उह आउणी हुंदी है कदे किसी गल का कोई सिखर हुंदा ते कदे उह थले आ जांदी है कदे थले हुंदी है ते कदे तां चली जांदी है। मैं कहना जे ये हालात ने तो जे चंगे नहीं रहे तो माड़े भी नहीं रहने उहदे लई लड़ना पैंदा संघर्ष करना पैंदा जिंदगी संघर्ष आ जे तुसीं इह संघर्षां तों भज जांदे हो। मन लो मैं ये कहना चाहना भी आम तौर पर एक ही गल मैं कहते अल्टरनेटरी यही है जो असीं मेहनत भी करते हैं तो फसलां तबाह हो नहीं नहीं देखो साढ़े कोले बहुत तरह के होर भी बदलाव हैगे ने तब्दीलियां होर भी असीं बड़े साढ़े कोल राह ढंग हैगे ने तरीके हैगे ने कि असीं उह राह तरीका अपना के भी कोई ना कोई नवा तब्दीली लिया सकते हैं। वो एक सियासत दा राह हैगा असीं सियासत नूं किवें बदलना असी प्रबंध नूं किवें बदलना असी समाज नूं किवें बदलना इस ये बड़े तरीके ने तो उहदे लई हुण अगली आपां गल इत्थे कर रहे सी अज के तड़के दे बैठे हां 10 बजे दे 5 बज गए 5 बजे तहसीलदार नूं दिखिया जां प्रशासन नूं दिखिया जां सरकार दे कन्नां दे जूं सरकी है भी इत्थे पूरे वरदे मींह च लोग बैठे है कोई सियासतदान जे आपां तलवंडी दी गल कर लगे उहनां उह सियासतदान कोई नहीं इत्थे आ के खड़िया चाहे इत्थों दी MLA ਨਹੀਂ ਕਿਸੇ ਦੀ ਗੱਲ ਸੁਣੀ ਹੈ ਨਾ ਜਾਣੇ ਤੁਸੀਂ ਮੈਂ ਕਹਿਣਾ ਵੀ ਜਿੰਨਾ ਚਿਰ ਤੁਸੀਂ ਇਹਨਾਂ ਲੋਕਾਂ ਦੇ ਪਿੱਛੇ ਲੱਗ ਬਣੇ ਰਹੋਗੇ ਇਹਨਾਂ ਲੋਕਾਂ ਦੇ ਮੰਗ ਲਈ ਤੁਸੀਂ ਝੰਡੇ ਚੱਕ ਕੇ ਫਿਰਦੇ ਰਹੋਗੇ ਇਹਨਾਂ ਲੋਕਾਂ ਨੇ ਤੁਹਾਡੀ ਨਬਜ਼ ਫੜਦੀ ਵੀ ਇਹ ਲੋਕ ਮਰੀ ਜਾਣ ਜੋ ਮਰਜ਼ੀ ਹੋਈ ਜਾਵੇ ਇਹਨਾਂ ਨੂੰ ਕੁੱਟੀ ਜਾਓ ਲੁੱਟੀ ਜਾਓ ਇਹ ਲੋਕ ਸਾਥੋਂ ਬਾਹਰ ਕਿਤੇ ਨਹੀਂ ਜਾ ਸਕਦੇ ਤਾਂ ਓਨਾ ਚਿਰ ਤੁਸੀਂ ਕੁਛ ਨਹੀਂ ਕਰ ਸਕਦੇ। ਹੁਣ ਇੱਥੇ ਗੱਲਾਂ ਚੱਲੀਆਂ ਕਿ ਸਾਡੇ ਬਹੁਤ ਮੁੰਡਿਆਂ ਨੇ ਇੱਥੇ ਬੋਲਿਆ ਵੀ ਅੱਜ ਬੜੀ ਭੜਾਸ ਕੱਢੀ कि यार साढ़े पिंडां दे जिहड़े हाले भी इहो जिहे बंदे हैगे ने जिहड़े हाले भी पार्टियां दे मगर तुरे फिरदे ने हाले भी उहनां दी खातर लड़दे ने साढ़े नाल लड़दे ने आम लोकां नाल लड़दे ने आपदे भाईचारे नाल लड़दे भी हाँ यार असीं तां जावांगे रैलियां जां असीं बुलावांगे लीडर तुसीं रोक के दिखाओ। जिन्ना चिर साढ़े चों उह चीज़ां खत्म नहीं हुंदियां जिहड़ी कि असीं मैं कहिंदा असीं चापलूस लोक आ असीं मतलब कि इस तरीके नाल इहनां लोकां दे हेठां लग गए जां साडी इस तरीके नाल जिहड़ी साडी मानसिकता उह गुलाम हो गई भी साढ़े दिमाग निकल ही नहीं रहे इन्हों चो भी यार हाँ बादल ने कांग्रसी ने आ झाड़ू वाले ने असी एक तरीके भी देख रहे हैं कि एक तो साढ़े को तरीका जो तुम किया कि साढ़े को बदलाव एक सियासत का बदलाव एक प्रबंध में बदलना लोगों का इकट्ठे होना तुम देखो कि यार साढ़े लिए माड़ी गल होगी कोई माड़ी मोटी घटना वापर जे सानू धरना लाना पैंदा आ किड्डी गल सी इहदा सरकार नूं पता ही लग गया सीगा भी यार सुंडी ने नरमा खा लिया तो इहदा कोई ना कोई हल किया जाए पर वो नहीं मतलब कि वो इन्ने बना नहीं हिलते भी लोगों सड़कों पर बिठाओ फिर गल सुना सुनी जाए जाने सुनना लोगों इन्होंने कस्यारे बना भी लोगों की उदो सुनो जब लोग लेहड़ियाँ कढ़ते हैं लोग आ के जमा बिलकते ने सो ये जिन्ना चर असी आए इन्होंने धौन चो किला नहीं कढ़ते असी दिखाते नहीं भी लोगों की ताकत की होंगी लोगों के एके च कितनी ताकत है उन्ना चर साडा हल होने वाला नहीं आ बड़िया समस्यावान जिन्हें पंजाब नूं घेरिया होया पंजाब दे देश दे किसान एक पासे दिल्ली बैठे आ इत्थे बहन लई भी मजबूर होना पै रहा वादे कदे वफा नहीं होए ते फिर वादे वफा होणगे किवें वादे वफा होणगे वीरे मैं पहलां कहा कि सदा नहीं इक्को जिहियां गल्लां रहिंदियां लोक जिवें जिवें लोक जाग रहे ने अगे तुसीं देखिया कदे कि इहो जिहे धरनियां च कदे नौजवानी आउंदी सी अज 70 पैसे नौजवानी सी 30 पैसे बजुर्ग होणगे साडे ते अगे मैनूं लगदा 99% साडे बजुर्ग होंदे सीगे ते 1-2% मसां साडी जवानी हुंदी सी सो जिवें जिवें नौजवानी जाग रही है उहनां नूं अपने हक्कां प्रति एक सोझी आ रही है उवें उवें ये लगता कि हौली हौली जिवें हुण इस तरह का यार तुसीं देखो कदे सोचिया होणा भी वड्डियां वड्डियां सियासी पार्टियां रैलियां बंद करनियां पै जाणगियां पिंडां च नहीं लोक वड़न देणगे देखो कोई भी चीज़ आ उह जकदम नहीं बदलाव आउंदा
जे आप सोचांगे भी कोई इन्नी छेती आ जाता, हाँ समा लगता हर एक चीज़ नूं। सुनो समा मैं लगता कि सुनहरी दौर भी हैगा इस गलों पंजाब दा कि लंबे समय बाद पंजाब दी खास करके जवानी जागी है, बस इन्हू जगाई रखने की लौड़ है। हुण कितें सौ ना जावे दुबारे जां दुबारे उन्हां दे मोढ़ियां ते ना जा चढ़े जिन्हां ने पंजाब नूं इस पावे नूं बचाता, इस गल की लौड़ है। किसानी संघर्ष की गल कर लिए, किसानी चेहरे चो भी काफ़ी चेहरे निकल के आए ने, उन्हां चो बापू हरदीप सिंह डबडबा भी एक ने। बापू हरदीप सिंह डबडबा भी किसानी की गल करते हैं, उन्हां दे उत्ते उन्हां दी परिवार ने इल्जाम लाए आ कि मोर्चे नूं खराब कर रहे आ। वो एक समा सी, एक दौर सी, कुछ दिन पहला भी लखे बारे, वो लखे दे तां हक च खड़े आ, परदीप बारे उन्हां दीआं टिप्पणियां कुछ होर ने। लखा किवें देखदा उन्हां नूं कि मोर्चे नूं खराब कर रहे आ, जिवें उन्हां दा परिवार कह रहा? नहीं देखो, उन्हां दा एक परिवारक जिहड़ा घर दा इक रौला है, वह की रौला ये नहीं आपां ना मैं जानदा, कोई भी नहीं जानदा। ਘਰਾਂ ਦੇ ਵਿੱਚ ਘਰੇਲੂ ਹੁੰਦਾ ਹੀ ਆ, ਭਰਾ ਭਰਾ ਦੀ ਨਹੀਂ ਬਣਦੀ, ਕਈ ਘਰਾਂ 'ਚ ਪੁੱਤ ਪਿਓ ਦੀ ਨਹੀਂ ਬਣਦੀ। ਪਰ ਨਾ ਮੈਂ ਇੱਕ ਭਰਾ ਕੱਲ੍ਹ ਵੀਡੀਓ ਸੁਣ ਰਿਹਾ ਸੀ, ਕੱਲ੍ਹ ਕੁ ਪਰਸੋਂ ਇੱਕ ਚੈਨਲ ਦੇ ਉੱਤੇ ਬਾਪੂ ਹਰਦੀਪ ਸਿੰਘ ਡਿਬਡਵਾ ਜੀ ਬੋਲੇ ਕਿ ਜਦੋਂ ਲੱਖੇ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਸੀਗੀ ਸੰਯੁਕਤ ਮੋਰਚੇ ਦੀ ਸਟੇਜ 'ਤੇ, ਤਾਂ ਮੈਂ ਉਦੋਂ ਇਸ ਗੱਲ ਲਈ ਬੋਲਿਆ ਸੀ, ਪਰ ਲੱਖਾ ਇੱਕ ਸ਼ਬਦ ਨਹੀਂ ਬੋਲਿਆ। ਸੋ ਮੈਂ ਇੱਕ ਇੰਨੀ ਗੱਲ ਕਹਿਣੀ ਚਾਹੁੰਦਾ ਬਾਪੂ ਡਿਬਡਵਾ ਜੀ ਨੂੰ ਵੀ, मैं एक गल ये मानता भी हर गल नूं तुसीं मीडिया दे उत्ते जां सोशल मीडिया दे उत्ते नहीं जरूरी हुंदा भी आपां लैके जाइए, उहदे होर भी कोई ढंग हुंदे ने। तां मैं तुहानूं दस देना चाहुंदा, चलो ये गल चल पई तुसीं शुरू करती तां मैं इहदा जवाब दे दिआं। कुछ दिन पहलां दी गल है, मैं ते बापू हरदीप सिंह डिबडवा इकट्ठे होए तां उहनां ने कहा कि किसान आगू जिहड़े हैगे आ उह मेरे मुंडे नूं ये गल कह रहे ने भी तू अपने बाप दे खिलाफ बयान दे। तां चलो मेरे कोल ही वह बैठे सीगे, तां मैं उन्हां नूं नाल दी नाल मैं डॉक्टर दर्शनपाल नूं फोन ला लिया। उन्होंने दर्शनपाल का नाम लिया सीगा भी मुजफ्फरनगर रैली दे विच इन्हां ने गल की। चलो मैं भी सुन रहा सीगा ते बापू डिबडवा भी सुन रहे सी, तां दर्शनपाल ने कोई गल कही, उह कहिंदे भी दसो कौन कहिंदा भी मैं इन्हां दे बेटे नूं कहा होवे भी तू अपने बाप के खिलाफ कोई बयान दे। उस तो बाद एक शायद मैं लगता परसों या चौथे की घटना, एक कि उन्हों का बेटा बापू डिबडिबे का स्टेज पर आके बोलता, उस स्टेज पर आके जो बोलता तो मैं कहना बड़ा निंदन योग आ। तो जदों ही मैं फिर कहना भी मैं हर गल जरूरी नहीं मैं स्टेज पर ही करा, तो मैं बापू डिबडवा नूं कहना चाहुंदा कि बापू जी तुसीं इह गल दर्शनपाल तो पुछ लिओ, ये गल मनजीत राय तो पुछ लिओ, ये सुरजीत फूल वर्गियां तो पुछ लिओ, होर आगुआं तो पुछ लिओ कि मैं आगुआं नूं फोन कीते उदी जदों ही ये जिहड़ी शब्दावली है। वैसे मैं उत्थे बापू डिबडवा ने कई भी गल कही कि लखा उत्थे बैठा ही जदों बोलिया गया, तो मैं उत्थे नहीं मौजूद सी। जे मैं उत्थे मौके ते मौजूद हुंदा मैं उत्थे ही विरोध करना इस गल दा वी नहीं, देखो ये घरां दी लड़ाई है, ये अगला घरे नूं जिथे जाके ये स्टेज एक बहुत इतिहासक स्टेज आ, इतों बोली हुई कली कली गल इतिहास दर्ज होंदी है, तो किसी भी बंदे दी किसी भी तरीके नाल किरदारकुशी करनी वह ठीक नहीं है, वह भी खास करके जदों रौला कोई दो प्यो पुत्तां दा घरेलू होवे। तां चलो उत्थे की होया, मैं जदों ही मैं इन्हां आगुआं नूं फोन कीते जे उस दिन दी घटना तो जदों मेरे कोल उह इक वीडियो आया आथण जी दा टाइम सीगा, तां मैनूं इन्हां ने आगुआं ने यह गल कही कि असीं जयपुर गए हुए हैं, उस दिन जयपुर घट सीगा कोई मैं लगता किसानों का घट सीगा जिहड़ा उत्थे, हाँ चलो उत्थे कहिंदे भी जे असीं गए हुए हैं जयपुर भी जे असीं देखिया नहीं भी ये जे गल होई है तो बहुत माड़ी हुई है भी असीं इहदी पड़ताल करांगे भी नहीं होना चाहिए सी भी जे इस तरह की गल कोई बोली गई है। चलो मैं अज भी ये गल कहना भी जे उत्थे बापू डिबडिबे का जिहड़ा उत्थे किरदारकुशी की गई उन्हां बारे जो उन्हां दे मुंडे ने इल्जाम लाए है वह मीडिया जाके जिथे मर्जी ला दिंदा होर जिथे मर्जी जाके बोल दिंदा, पर उस मोर्चे किसानां दे मोर्चे की स्टेज तो यह गल करनी नहीं नहीं सी चाहीदी। तो उहदे लई मैं अज भी संयुक्त मोर्चे के आगुआं नूं अपील करदा भी जिहड़े भी बंदियां ने मान लो उत्थे चढ़ा के ये गल उहदे मैनूं दर्शनपाल ने भी गल कही सी भी असीं इस गल की पड़ताल करदे भी निंदण योग है ये नहीं होना चाहीदा सी, तां मैं कहना उहदी पड़ताल होनी चाहीदी है। जिहड़े भी बंदियां ने उहदे उत्थे बुलवाया उहदे मुंडे नूं चढ़ा के बुलवाया उहनूं तुसीं मानदे हो किसे ने बुलवाया? नहीं बिल्कुल, इह तां देखो जे हुण उत्थे संयुक्त मोर्चा स्टेज है जिहड़ी उहनूं सांभ रिहा कोई
तो प्रबंधक तो सामभ रहे हैं ना उदे किहड़े बंदयां कोल स्टेज सी उदे प्रबंध किहदे कोल सी किहदी रहनुमाई दे विच किहदी अगवाई दे विच उह बंदा आ के बोलिया तां उहनां दा फर्ज बणदा वी संयुक्त मोर्चे दे आगू दी पड़ताल करन पड़ताल करके उहनां ते जिहड़ी कारवाई करनी बणदी जिवें आपां देखदे हां अगे भी किसे आगू दे कोई इस तरह के बयान आउंदे आ तां सांझा मोर्चा उहनूं कई बार बाहर कर दिंदा हफ्ते लई 10 दिनां लई 20 दिनां लई है ना तो फिर उहे जे बंदे भी जिहड़ियां ने बंदयां ने बुलाया तो बंदे के खिलाफ उस तरह की कार्रवाई होनी चाहिए मैं उही कहना भी पड़ताल होनी चाहिए है मैनू तो पता नहीं उद्दे बंदे कौन सी उद्दे प्रबंधक कौन सी है ना भी कि मतलब के कहते बोलिया है ना तो संयुक्त मोर्चा इस गल की पड़ताल कर सकता उन्होंने वीडियो पईआं ने वीडियो च पछाणे जा सकते हैं बंदे भी कि बंदे ने जां उद्दे का पता कर लैण भी जिहड़ी तरीक की घटना उस तरीक नूं किहड़े बंदयां ने यह बुलवाया लिया के देखो मैं उत्थे किसे नूं सही जां गलत का सर्टिफिकेट नहीं दिंदा कौन सही है कौन गलत है मैं ये नहीं गल कहनी चाहुंदा कि किसी की घरेलू लड़ाई नूं आपां इह जे मतलब के संघर्षां दे मोर्चां दीआं स्टेजां दे उत्तों लिया मोर्चां दीआं स्टेजां दे उत्तों लिया के बुलवा दईए ये बहुत निंदणयोग है ये नहीं होना चाहिए सी पिछले दिन ही बापू डिबडबा एक मीटिंग कराउंदे आ थोड़ी ते दीप सिद्धू दी ते भाई तलवाड़ा बाद च कहिंदे आ कि उसनू रंगत जिहड़ी आ गलत दित्ती गई जिस तरीके दे नाल पेश कीता अजयपाल बराड होरां ने लाइव होके फिर तलवाड़ा एक वीडियो सांझी करदे आ कहिंदे लखां ते दीप एक कमरे च बैठ जाण सांझां पै सकदियां जफ्फियां पै सकदियां पंजाब लई इक होण दी लोड़ आ कोई होर भरा भी पंजाब दी करदा होणा गल किसान जिहड़े आगू ने उह भी संघर्ष लड़ रहे ने उह भी इक गल पंजाब दी हो रही है कोई किस तरीके नाल लड़ रहा कोई किस तरीके नाल लड़ रहा आपो अपने राह ने है ना मैं कहना सारे नूं अपने अपने रावां ते लड़ना चाहिए कोई गल नहीं कदे समां आप ही इह जिहे सबब बना दिंदा है कि सारे बंदे इकट्ठे भी हो जाते हैं लखा यूनाइट होण दी गल करदा इकट्ठे होण दी गल करदा उस मीटिंग च क्यों नहीं इकट्ठे होए जां की कारण रहे मतभेद बरकरार ने चलो इन्हां अंदरलियां कुछ गल्लां ने मैं उसे गल ते खड़ा अज भी कि जिहड़ी गल साडी तय होई सी कि जो भी मीटिंग दे विच अपनियां गल्लां बातां होणगियां उहनूं आपां जनतक नहीं करांगे क्योंकि देखो यह होंदा ना इस तरीके दे नाल तलवारा कहिंदे आ कि जनतक तां उहनां ने कीतियां असीं तां कीतियां नहीं पहल उहनां ने कीती इत्थों तक आख्या असीं तां मेरे बोले नहीं साडे नाल दा मेरे नाल दा कोई बंदा भी नहीं बोलिया मैं अज भी असीं बोलण नूं तैयार नहीं भी उत्थे की गल्लां होईआं की नहीं होया है ना तां उह देखो इह होंदा कि तुसीं एक मीटिंग दे विच तुहाडी कोई सहमति नहीं बनदी उह तों अगली मीटिंग कई बार बनती भी सहमति बन भी जाती है नहीं भी बनती तो मैं तो इन्नी गल कहना चाहना कि आपां अपने बड़े बखरेवे होंगे ने विचारक बड़े मतभेद होंगे ने बड़े सिद्धांतों के टकरा होंगे ने एक दो बंदियां दे विच तां आपां जदों आपां बैठते हैं भी आपां कट्ठे होकर चले गए जे आपां कट्ठे होकर नहीं भी चल सके तो फिर आपां उहनूं भनना थोड़ी शुरू कर दिंदे आ भी हाँ इह तां माड़ा जां इह तां चंगा वो मैं उही कहना भी जे चलो उद्दे मैं सहमति भी दे दिंदा मैं उस गल नूं दिड़ना नहीं चाहुंदा जे मान लो मैं सहमति दे दिंदा भी हाँ भाई आपां चलदे हां इकट्ठे चलदे हां फिर मैं चंगा हो जांदा मैं तां इन्ना ही मेरा सवाल है फिर की मैं चंगा हो जाणा सी अज मैनूं लग्या कि यार नहीं हले मेरियां गल्लां दे मेरे सवालां दे कोई जवाब नहीं मैनूं ठोस मिले कोई गल नहीं होर मीटिंगां दे विच मिल जाणगे हौली हौली गल्लां साफ हो जाणियां इकट्ठे भी चलिया जा सकदा ते फिर मैं इहो जी किहड़े सवाल कल नूं मैं चंगा हो जूंगा इहो जी किहड़े सवाल सी लखे दे भी देखो वीरे मैं कोई सवाल मैं तुहानूं पहले ही कहा है ना भी मैं कोई गल नूं जनतक नहीं करना चाहुंदा अंदरूनी गल्लां हुंदियां ने दो बंदियां च बखरेवें हुंदे ने उह किहड़ियां गल्लां दे उह गलत फहमियां भी हो सकदियां ने कई बारी कोई एक दूजे दे मन च बंदे दे गलत फहमी हो सकदी है किसे बंदे प्रति उह गलत फहमी हौली हौली किवें दूर हुंदी है उह किवें बंदा नेड़े लगदा है ना पर उह गल्लां चलो हर बंदे दी समझ हुंदी है उहनां ने अपनी समझ मुताबक गल्लां बातां रख बंदा नेड़े लगदा है ना पर उह गल्लां चलो हर बंदे दी समझ हुंदी है उन्होंने अपनी समझ मुताबक गल्लां बातां रखतियां पर मैं कहना जिहड़ा भी लड़ रहा पंजाब लई पंजाबीयत लई साडी कौम लई उह सारिआं नूं लड़ना चाहीदा आपो अपने तरीके नाल लड़ लो कोई गल नहीं कहिंदे असीं अज भी पहल करदे आं अज भी असीं कहिंदे आं भी इक हो जाणगे उह तां कहिंदे अज भी असीं पहल करदे आं जो भी है मैं फिर उही पुछदा हां मैं उही तां मेरा सवाल है भी फिर मैं चंगा हो जूंगा अज मैं माड़ा हो गया कहिंदे अज भी असीं तां कह रहे आं असीं तां पहल कर रहे हां उह तां कहिंदे असीं तां पहल करदे आं करदा ना भी फिर मैं चंगा हो जूंगा फिर मैं दुध धोता हो जूंगा फिर मैं साफ हो जूंगा जिहड़ा उन्होंने मेरे ते लाता सारा कुछ अज फिर मैं चंगा हो जूंगा सो ये नहीं भीरे कोई गल नहीं मैं तां एक गल समें ते छड़दा हुंदा मैं बोलिया
मैं बरगाड़ी मोर्चे दे विच भी 6 महीने लगातार डटिया रहा, बड़िया गल्लां बरगाड़ी मोर्चे दे विच भी सामने आउंदियां सी, बड़ा कुछ उत्थे की कुछ हुंदा रहा, उत्थे किहड़ा बंदा किहड़ा आगू किहड़े अफसर नाल गल कर रहा, की हो रहा, किहड़ा बंदा सरकार नाल गल्लां करी जांदा, किहड़ा कैप्टन नूं मिलन उठ गया, किहड़ा उत्थे रौला पै गया, है ना, बड़ा कुछ होया ना। मैं किधे बोलिया जाके जिद्दे मोर्चा समाप्त हो गया, जिद्दे मैनूं लग्गिया कि नहीं यार हुण तां इह तां मैनूं मैं बिल्कुल आखरी मैनूं इह लगदा हुंदा वी अखीरले दम तक वी आपां नूं लड़ना चाहीदा, खड़ना चाहीदा, सबर करना चाहीदा, वी कई वारी चंगा नतीजा मिलदा हुंदा इहनां गल्लां दा, है ना। ते जदों आपां किसे वी चलदे मोर्चे दे विच जदों आपां आपदे लोकां दे खिलाफ हो जाने हैं तो वह एक तरह के नाल मैनू लगता कि असी जो कहाड़ा सानू बढ़ना चाहता उन्होंने सरकार का वह दस्ता असी बन जाने, दस्ते का काम असी कर लग जाने, ये कदे भी नहीं। हाँ बड़े मैं कहना मेरे किसान आगू बड़े मतभेद ने, एक पास यूनाइट होने की गल करता है, दूजे पास दीप का धड़ा कह रहा भी एक होने की पहलता असी कर रहे हैं, अज भी कर रहे हैं। वीरे मैं मेरी पूरी गल सुन लो, मैं कहना चाहना, मैं कहना यूनाइट तो मैं कट्ठा तो मैं किसान आगुओं नाल भी नहीं हाँ, उन्होंने मैं कट्ठा थोड़ी हाँ, तुम मैं उन्होंने कोई प्रोग्राम हो मैं थोड़ी उत्थे बोलूँगा जाके। हाँ जी संयुक्त सांझे मोर्चे की स्टेज आ सब की सांझी है, वो किसी एक की नहीं है, उसे धार्मिक भी बोलते हैं, उत्थे समाजिक भी बोलते हैं, उत्थे जथेबंदियों के आगू भी बोलते हैं, वो तो सब का मोर्चा सब का सांझा। मैं गल जी करनी चाहता सी कि तुसीं देखो मैं बरगाड़ी मोर्चे बारे भी कदे जिक्र किया नहीं किया ना, मैं 26 तरीक नूं मैनूं गदार दा मेरे ते ला दिता गया, दलाल सरकार दा बंदा एजेंसियां दा बंदा, मैं बोलिया, मैं अज तक नहीं बोलिया, बोलूँगा भी नहीं जिन्ना चिर ये मोर्चा तण पत्तन नहीं लगता। तो मैं जिहड़े कोई साढ़े होर भरा मेरे खिलाफ प्रापेगंडा करते हैं मैं उन्होंने खिलाफ़ भी नहीं कदे बोलता, ना ही बोलना। हाँ जिद्दे बोलूँगा विरोधिक पासा हो जूगा। नौजवान बनाम बुजुर्ग, जथेबंदियां बनाम बुजुर्ग, पंजाब बनाम पंथ या सिख, जिहड़ा बंदा कर रहा साडा हमायती नहीं, साडा सज्जन नहीं, साडा वो साडा कोई भला चाहन वाला बंदा नहीं, साडा विरोधी है, साडा दुश्मन है। मैं गल दस्ता बनता बंदा जो गल्लां सरकार पहल करदे आ, फिर जिन्ने भी करदे आ सारे चाहे कोई है फिर वो दस्ते काम कर रहे हैं। बिल्कुल क्यों नहीं करते, क्यों क्यों ये गल्लां ते असीं यार तुसीं मोर्चा एक पासे तण मोर्चा का तण पत्तन लग्या नहीं तू, अज असीं पहले ही रह पे भी वो माड़ा है, वह विकया होया, वह सरकार का बंदा उन्हें आ। हाँ जिद्दे थोनू लग्या कि कोई गल नहीं भाई इन्हें मोर्चा बेचता ज इन्होंने मोर्चा का खत्म नहीं होया, मोर्चे के बच्चे हले की कुछ होना किसी की पता है, मोर्चा किन्निया शिखर से जाना, मोर्चा किड्डी वड्डी प्राप्ति करेगा, मोर्चा किधरों जाऊगा, मोर्चा नहीं कुछ करेगा, ये तो किसी नहीं पता ना। दोबारा कहें अभी सारी उम्र जस्टिफाई करी जाइए दीप सिद्धू ही माड़ा हो गया नहीं मेरे आपका माड़ा नहीं कहें किसी, मैं तो किसी भी माड़ा कहा, मैं उन्होंने कई हुई गलों के उत्ते ही मैं जवाब दे रहा, मैं तो किसी माड़ा नहीं कहना। मैं कहना भाई समा समय के ना भरा मेरे बड़ी ताकत होंगी है, सम इस अंदोलन ने बड़े चेहरे नंगे किए हैं, बड़े 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 लखे के जो विरोधी है वह कहते लखा भी नंगा हो जू, चलो मैं जे मैं माड़ा यार मैं नंगा हो जूंगा, मैं कि पानी हार हाँ जब मैं किड्डा खा, जे मैं गलत हाँ मैं भी नंगा हो जूंगा, पर ए नहीं ना तुसी किसी बंदे मान लो मैं कोई बंदा पंजाब लई चंगा काम कर रहा है पर मेरे वो विचारक मतभेद है तो मैं उन्होंने वो गल न भुला के तो मैं उन्होंने छज पाग छड़ना शुरू कर दाँ भी नहीं जी मैं देखो ये तो बंदा माड़ा है ये तो ए है। मैं कहना भी बड़े बड़े बड़िया के नकाब लै गए लैने आ, जे लखा वे एक होया तो लखे का नकाब भी रह जू, लखा कि वीड्डी माँ का पुता है, लखे के विरोधी कहें लखे ने विधानसभा लड़नी है कहोगे। चलो मेरी गल सुनो, किसी ने कोई कहता विधानसभा लड़नी है, कोई कहता लोग सभा लड़नी है, कोई कहता है MLA बनू फिर, कोई कहता है मुख्यमंत्री बनू फिर। मैं तो यार मैं तो हरियाणे भी जाना, मैं कल इस्माइलाबाद गया बहुत बड़ी रैली सी, मैं UP भी जाना है, मैं तो फिर मैं UP भी लड़ना होगा, फिर मैं हरियाणे भी जाके लड़ना होगा, फिर मैं पंजाब भी लड़ना होगा। हाँ जी लड़ना कोई माड़ी गल, तुम लड़ लो यार,
ਜੇ ਤੁਸੀਂ ਲੜਨ 'ਤੇ ਹੀ ਗੱਲ ਆਉਂਦੇ ਹਾਂ ਵੀ ਇਕੱਲਾ ਇਹ ਐੱਮ ਐੱਲ ਏ ਬਣਦਾ ਹੈ ਜਾਂ ਇਹਨੇ ਮੁੱਖ ਮੰਤਰੀ ਜਾਂ ਮੰਤਰੀ ਬਣਨਾ ਜਾਂ ਸਰਕਾਰ ਜਾਂ ਪਾਰਟੀ ਬਣਾਉਣ ਨੂੰ ਫਿਰਦਾ, ਤੁਸੀਂ ਬਣਾ ਲਓ ਬਾਈ, ਹਰ ਬੰਦੇ ਕੋਲ ਹੱਕ ਹੈ, ਕਿਸੇ ਨੇ ਰੋਕਿਆ ਕਿਸੇ ਨੇ ਬਾਂਹ ਫੜੀ ਹੈ। ਲੱਖਾ ਸੰਕੇਤ ਦੇ ਰਿਹਾ ਵੀ ਲੱਖਾ ਬਣਾਊਗਾ ਪਾਰਟੀ? ਨਹੀਂ ਵੀਰੇ, ਫਿਲਹਾਲ ਤਾਂ ਮੈਂ ਬਹੁਤ ਥਾਈਂ ਇਹ ਗੱਲ ਦਾ ਜ਼ਿਕਰ ਕਰ ਚੁੱਕਿਆ ਕਿ ਮੇਰੀ ਕੋਈ ਪਾਰਟੀ ਨਹੀਂ ਹੈ, ਮੇਰਾ ਸਾਰਾ ਧਿਆਨ ਅੰਦੋਲਨ 'ਤੇ ਹੀ ਕੇਂਦਰਿਤ ਆ। ਮੈਂ ਚਾਹੁੰਦਾ ਕਿਸੇ ਵੀ ਰੂਪ ਦੇ ਵਿੱਚ ਅੰਦੋਲਨ ਜਿੱਤਿਆ ਜਾਵੇ, ਸਾਡੇ ਲਈ ਬੜਾ ਅਹਿਮ ਆ। ਮੰਨ ਲਓ ਮੈਂ ਇੱਕ ਐੱਮ ਐੱਲ ਏ ਬਣ ਗਿਆ, ਐੱਮ ਐੱਲ ਏ ਬਣ ਕੇ ਮੈਂ ਕੀ ਕਰ ਦੂੰਗਾ? ਤੁਸੀਂ ਦੇਖੋ ਐੱਮ ਐੱਲ ਏ ਬਣ ਕੇ ਜਾਂ ਇੱਕ ਮੰਨ ਲਓ ਜੇ ਸੈਂਟਰ ਆਹ ਕਾਲੇ ਕਾਨੂੰਨ ਲਾਗੂ ਕਰ ਜਾਂਦਾ, ਅੱਗੇ ਹੋਰ ਕਾਲੇ ਕਾਨੂੰਨ ਲਿਆਉਂਦਾ, ਤਾਂ ਇੱਥੇ ਪੰਜਾਬ ਦੀ ਸਰਕਾਰ ਵੀ ਕੀ ਕਰ ਲੂਗੀ ਫਿਰ? ਜਿੰਨਾ ਚਿਰ ਤੁਸੀਂ ਆਪਣੇ ਆਹ ਸਰਕਾਰ ਨੂੰ ਨੱਥ ਨਹੀਂ ਪਾਉਂਦੇ, ਇਹ ਰੱਦ ਨਹੀਂ ਕਰਾਉਂਦੇ ਇਹ ਕਾਲੇ ਕਾਨੂੰਨ, ਉੱਨਾ ਚਿਰ ਤੁਸੀਂ ਅੱਗੇ ਨਹੀਂ ਵੱਧ ਸਕਦੇ। ਸਾਡੇ ਜਦੋਂ ਅਸੀਂ ਆਪਾਂ ਕਹਿੰਦੇ ਹਾਂ ਨਾ ਭਰਾ ਕਿ ਲੜਾਈ ਹੋਂਦ ਦੀ ਆ, ਤਾਂ ਫਿਰ ਉਹ ਹੋਂਦ ਸਮਝਣੀ ਚਾਹੀਦੀ। ਹੋਂਦ ਕੀ ਆ? ਹੋਂਦ ਇਕੱਲੇ ਕਾਲੇ ਕਾਨੂੰਨ ਨਹੀਂ ਹੈਗੇ, ਹੋਂਦ ਇਕੱਲੀ ਸਾਡੀ ਜ਼ਮੀਨ ਨਹੀਂ ਹੈਗੀ, ਹੋਂਦ ਦੇ ਵਿੱਚ ਸਾਡਾ ਬੜਾ ਕੁਛ ਆ ਜਾਂਦਾ। ਸਾਡਾ ਸੱਭਿਆਚਾਰ ਆ, ਸਾਡਾ ਵਿਰਸਾ ਹੈ, ਸਾਡਾ ਇਤਿਹਾਸ ਆ, ਸਾਡਾ ਧਾਰਮਿਕ ਫਲਸਫਾ ਹੈ, ਸਾਡੀਆਂ ਜ਼ਮੀਨਾਂ ਨੇ, ਸਾਡੇ ਪਾਣੀ ਆ, ਸਾਡੀ ਬੋਲੀ ਆ, ਹੋਂਦ ਬੜਾ ਕੁਛ ਆ। ਇਹ ਸਾਡੇ ਆਉਣ ਵਾਲੀ ਭਵਿੱਖ ਦੀ ਹੋਂਦ ਆ ਜਿਹਦੇ ਲਈ ਅਸੀਂ ਲੜ ਰਹੇ ਹਾਂ। ਤਾਂ ਮੈਂ ਤਾਂ ਬਹੁਤ ਥਾਈਂ ਇਹ ਗੱਲਾਂ ਦਾ ਜ਼ਿਕਰ ਕੀਤਾ ਕਿ ਯਾਰ ਸਾਨੂੰ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਇੱਥੇ ਹੁਣ ਮੈਂ ਅੱਜ ਇੱਕ ਗੱਲ ਸੁਣਾਉਣ ਲੱਗਾ, ਇਹ ਤੁਹਾਨੂੰ ਮੈਂ ਸੁਣਾ ਦਿੰਦਾ। ਤਾਂ ਨੌਜਵਾਨ ਬਹੁਤ ਵੱਡੀ ਗਿਣਤੀ 'ਚ ਇਕੱਠੇ ਸੀ, ਮੈਂ ਸੁਣਾ ਰਿਹਾ ਸੀ ਵੀ ਨਸਲਕੁਸ਼ੀ ਆ ਨਾ ਜਿਹੜੀ, ਨਸਲਕੁਸ਼ੀ ਦੇ ਹੁਣ ਤਰੀਕੇ ਬਦਲ ਗਏ, ਸਰਕਾਰਾਂ ਏਜੰਸੀਆਂ ਨਸਲਕੁਸ਼ੀ ਕਿਵੇਂ ਕਰਦੀਆਂ ਉਹ ਹੁਣ ਢੰਗ ਬਦਲ ਲਏ, ਉਹ ਹੁਣ ਤੁਹਾਨੂੰ ਸਿੱਧੇ ਰੂਪ 'ਚ ਨਹੀਂ ਮਾਰਨਗੀਆਂ, ਉਹ ਹੁਣ ਐਸਾ ਟੇਢਾ ਇੱਕ ਢੰਗ ਅਪਣਾਉਣਗੀਆਂ ਜਿਹਨਾਂ ਤੁਹਾਡੀ ਨਸਲਕੁਸ਼ੀ ਹੋਵੇ। ਤਾਂ ਮੈਂ ਗੱਲ ਸੁਣਾਈ ਸੀ, ਮੈਂ ਕਿਵੇਂ ਤੁਹਾਡੇ ਪਾਣੀਆਂ ਨੂੰ ਜ਼ਹਿਰੀਲਾ ਕੀਤਾ ਗਿਆ, ਇਹ ਨਸਲਕੁਸ਼ੀ ਹੈ, ਪਾਣੀ ਡੂੰਘੇ ਕੀਤੇ ਗਏ ਨਸਲਕੁਸ਼ੀ ਹੈ, ਤੁਹਾਨੂੰ ਚਿੱਟੇ 'ਤੇ ਲਾਇਆ ਗਿਆ ਨਸਲਕੁਸ਼ੀ ਹੈ, ਤੁਹਾਡੀ ਧਰਤੀ ਜ਼ਹਿਰੀਲੀ ਕਰਤੀ ਜ਼ਹਿਰਾਂ ਪਾ ਕੇ ਨਸਲਕੁਸ਼ੀ ਹੈ। ਨਸਲਕੁਸ਼ੀਆਂ ਦੇ ਬੜੇ ਢੰਗ ਤਰੀਕੇ ਨੇ, ਤੁਹਾਨੂੰ ਬੇਰੁਜ਼ਗਾਰ ਕਰਕੇ ਇੱਥੋਂ ਭਜਾਉਣਾ, ਪੰਜਾਬ ਖਾਲੀ ਕਰ ਦੇਣਾ, ਇਹ ਨਸਲਕੁਸ਼ੀ ਹੈ। ਉਹ ਮੈਂ ਜਦੋਂ ਗੱਲਾਂ ਕਿੱਥੇ ਕਰਨ ਲੱਗਿਆ ਨਾ, ਤੋ ਨੌਜਵਾਨ ਬੜੀ ਦਿਲਚਸਪੀ ਨਾਲ ਸੁਣਨ ਲੱਗੇ ਵੀ ਮੈਂ ਸਾਰੀ ਪਿੱਛੋਂ ਕਹਾਣੀ ਤੋਰੀ ਸੀ ਵੀ ਕਿਵੇਂ 47 ਤੋਂ ਪਹਿਲਾਂ ਜਦੋਂ ਅੰਗਰੇਜ਼ ਆਏ 1849 ਤੋਂ ਪਹਿਲਾਂ ਕਿਵੇਂ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸਾਡੇ 'ਤੇ ਇੱਕ ਖੋਜ ਕੀਤੀ ਕਿ ਇਹਨਾਂ ਲੋਕਾਂ ਦੀ ਸਿਹਤ ਪਹਿਲਾਂ ਖਤਮ ਕੀਤੀ ਜਾਵੇ, ਸਿਹਤ ਦੇ ਬੜੇ ਜਰਵਾਣੇ ਸੀ ਪੰਜਾਬੀ, ਅੱਜ ਕਿੱਥੇ ਰਹਿ ਗਈਆਂ ਸਾਡੀਆਂ ਸਿਹਤਾਂ? ਸਭ ਤੋਂ ਪਹਿਲਾਂ ਅਟੈਕ ਅੰਗਰੇਜ਼ਾਂ ਨੇ ਸਾਡੀ ਸਿਹਤ 'ਤੇ ਕੀਤਾ, ਫਿਰ ਸਾਡੀ ਸਿੱਖਿਆ 'ਤੇ ਕੀਤਾ, ਸਾਨੂੰ ਸਾਡੀ ਪੰਜਾਬੀ ਜ਼ਬਾਨ ਨਾਲ ਤੋੜਿਆ, ਫਿਰ ਤੀਜਾ ਸਾਨੂੰ ਸਾਡੇ ਧਾਰਮਿਕ ਸਿਧਾਂਤਾਂ ਨੂੰ ਤੋੜਿਆ, ਆ ਡੇਰਾਵਾਦ ਖੜ੍ਹਾ ਕਰਕੇ ਉਹਨਾਂ ਅੰਗਰੇਜ਼ਾਂ ਦੀ ਦੇਣਾ, ਡੇਰਾਵਾਦ ਅੱਜ ਕੱਲ੍ਹ ਦੀ ਦੇਣ ਨਹੀਂ, ਉਹਨਾਂ ਸਮਿਆਂ ਦੀ ਦੇਣਾ, ਉਹਨਾਂ ਨੇ ਸਾਨੂੰ ਸਾਡੇ ਉਸ ਮੂਲ ਨਾਲੋਂ ਤੋੜਿਆ, ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਿਆ, ਵੀ ਜਿੱਥੇ ਇਹਨਾਂ ਨੂੰ ਸ਼ਕਤੀ ਮਿਲਦੀ ਆ ਪੜ੍ਹ ਕੇ ਲੜਨ ਦੀ ਤਾਕਤ, ਇਹਨਾਂ ਨੂੰ ਇਹ ਮਰਨੋਂ ਨਹੀਂ ਡਰਦੇ, ਕਿੱਥੋਂ ਸਾਰਾ ਇਹ ਉੱਥੋਂ ਸ਼ੁਰੂ ਹੋਇਆ, ਉਦੋਂ ਬਾਅਦ ਕਿਵੇਂ ਫਿਰ ਪੰਜਾਬ ਵੰਡਿਆ ਇਹਨਾਂ ਨੇ ਆ ਕੇ ਲੋਕਾਂ ਨੇ, ਜਿਹੜੇ ਅੱਜ ਪੰਜਾਬ ਦੇ ਉੱਤੇ ਨਜ਼ਰ ਜਿਹਨਾਂ ਦੀ ਮਾੜੀ ਹੈ, ਫਿਰ ਪੰਜਾਬ ਦੇ ਟੋਟੇ ਕਰੇ, ਫਿਰ ਸ਼ਹਿਰ 'ਚ ਪੰਜਾਬ ਫਿਰ ਹੋਰ ਲੰਗੜਾ ਕਰਤਾ, ਫਿਰ ਹਰਾ ਇਨਕਲਾਬ ਆਇਆ ਉਹ ਵੀ ਸਾਨੂੰ ਮਾਰ ਕੇ ਗਿਆ, ਫਿਰ ਉਦੋਂ ਬਾਅਦ ਲਗਾਤਾਰ ਖਾੜਕੂ ਸੰਘਰਸ਼ ਦੇ ਵਿੱਚ ਸਾਡੀ ਨਸਲਕੁਸ਼ੀ ਹੋਈ, ਫਿਰ ਚੱਟੇ ਨਾਲ ਸਾਡੀ ਨਸਲਕੁਸ਼ੀ ਹੋਈ। ਜਦੋਂ ਮੈਂ ਸਾਰੀਆਂ ਗੱਲਾਂ ਰੱਖ ਰਿਹਾ ਸੀ ਨਾ ਵੀ ਨਸਲਕੁਸ਼ੀ ਦੇ ਕਿਵੇਂ ਢੰਗ ਤਰੀਕੇ ਨੇ, ਕਿਵੇਂ ਸਰਕਾਰ ਨੇ ਆਉਣ ਵਾਲੇ ਸਮੇਂ ਸਾਡੀ ਨਸਲਕੁਸ਼ੀ ਕਰਨੀ ਹੈ, ਤਾਂ ਉਹਦੇ 'ਚ ਪਤਾ ਕੀ ਹੋਇਆ, ਮੈਂ ਗੱਲ ਸੁਣਾਉਣ ਲੱਗਾ, ਉਹਦੇ 'ਚ ਨਾ ਇੱਥੇ ਬਜ਼ੁਰਗ 5-7 ਖੜ੍ਹੇ ਉਹ ਗੱਲਾਂ ਕਰਨ ਲੱਗ ਗਏ, ਕਹਿੰਦੇ ਯਾਰ ਗੱਲ ਸਾਡੇ ਤਾਂ ਨਰਮੇ ਮਰ ਗਏ ਅਤੇ ਗੱਲ ਸੁੰਡੀ ਪੈ ਗਈ ਨਰਮੇ ਨੂੰ, ਇਹ ਗੱਲਾਂ ਹੋਰ ਹੀ ਪਾਸੇ ਲੈ ਕੇ ਵੱਗ ਗਿਆ। ਵੀ ਮੈਂ ਉਹ ਨੌਜਵਾਨਾਂ ਨੇ ਜਦੋਂ ਮੈਨੂੰ ਉਹਨਾਂ ਨੇ ਕਹਿੰਦੇ ਬਾਈ ਸਟੇਜ ਤੋਂ ਕਹਿੰਦੇ ਹੋਰ ਬੋਲੂਗਾ, ਮੈਂ ਜੀ ਕੋਈ ਨਹੀਂ ਲੈ ਮੈਕ ਫੜ ਲਓ, ਨੌਜਵਾਨ ਰੌਲਾ ਪਾਤਾ ਵੀ ਨਹੀਂ ਇਹ ਗੱਲਾਂ ਸੁਣਨੀਆਂ ਚਾਹੁੰਦੇ ਇਹ, ਜਾਣੇ ਸਾਡੀ ਉੱਥੋਂ ਤੱਕ ਸਮਝ ਹੀ ਹੈ ਨਹੀਂ, ਸਾਡੀ ਸਮਝ ਕਿੱਥੋਂ ਤੱਕ ਖੜੀ ਹੈ ਵੀ ਸਾਡਾ ਨਰਮਾ ਮਰ ਗਿਆ, ਸਾਨੂੰ ਮੁਆਵਜ਼ਾ ਮਿਲ ਗਿਆ, ਬਸ ਸਾਡਾ ਮਸਲਾ ਹੱਲ ਹੋ ਗਿਆ, ਇੱਦੋਂ ਸਾਡੇ ਅੱਗੇ ਸਾਡੀ ਸੋਚ ਹੀ ਨਹੀਂ ਜਾਣ ਦਿੱਤੀ ਜਾਂ ਵਧੀ ਨਹੀਂ ਜਾਂ ਅਸੀਂ ਲੈ ਕੇ ਨਹੀਂ ਗਏ ਕਿ ਸਾਡੀ ਨਸਲਕੁਸ਼ੀ ਕਿਵੇਂ ਲੰਮੇ ਸਮੇਂ ਤੋਂ ਅਗਲਾ 100-200 ਸਾਲ ਤੋਂ 400 ਸਾਲ ਤੋਂ ਜਿਉਂ ਕੌਮ ਸਾਜੀ ਗਈ ਹੈ ਕਿਵੇਂ ਲੱਗਿਆ ਹੋਇਆ ਔਰ ਕਿਵੇਂ ਉਹ ਕਰ ਰਿਹਾ ਸਾਡੇ ਨਾਲ ਅਤੇ ਕਿਹੜੇ ਹਾਲਾਤਾਂ ਨੂੰ ਸਾਨੂੰ ਪਹੁੰਚਾਤਾ ਅਤੇ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੈ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਸਾਨੂੰ ਬਾਹੀ ਉਹੀ ਗੱਲ ਆ ਜਾਂਦੀ ਹੈ ਵਾਰ ਵਾਰ ਵੀਰੇ ਵੀ ਆਹ ਜ਼ਮੀਨਾਂ ਬਚਾ ਲਓ ਇਕੱਲੀਆਂ, ਬਾਈ ਜ਼ਮੀਨਾਂ ਇਕੱਲੀਆਂ ਬਚਾਉਣ ਨਾਲ ਸਾਡੀ ਹੋਂਦ ਨੇ ਨਹੀਂ ਬਚਣਾ। ਇਹੀ ਮੈਂ ਗੱਲ ਲੋਕਾਂ ਦੇ ਜਿੱਥੇ ਮੈਂ ਮੇਰੇ ਕੋਲ 5 ਬੰਦੇ ਬੈਠ ਜਾਣ, 10 ਬੈਠ ਜਾਣ, 500 ਬੈਠ ਜੇ, ਉੱਥੇ ਮੈਂ ਗੱਲਾਂ ਦਾ ਪ੍ਰਚਾਰ ਕਰਦਾ ਹੁੰਦਾ ਵੀ ਅਸੀਂ ਇਹਨਾਂ ਗੱਲਾਂ ਤੋਂ ਕਿਵੇਂ ਸੁਚੇਤ ਰਹਿਣਾ ਅਤੇ ਕਿਵੇਂ ਅਸੀਂ ਇਹਨਾਂ ਗੱਲਾਂ ਤੋਂ ਬਚਣਾ। ਸੋ ਭਰਾ ਗੱਲ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਵੀ ਜਿੰਨਾ ਚਿਰ ਸਾਡੇ ਕੋਲ ਸਮਝ ਨਹੀਂ ਨਾ ਹੁੰਦੀ। ਮੰਨ ਲਓ ਇੱਕ ਮੰਨ ਲਓ ਇੱਥੇ ਅਸੀਂ ਹੋਕਾ ਦਿੱਤਾ ਵੀ ਪੱਲ ਨੂੰ ਭਾਈ ਜਾਮ ਲਾਉਣਾ ਹਾਈਵੇ ਘੇਰਨਾ, ਉਹ ਕਹਿਣਗੇ ਵੀ ਲੱਖੇ ਨੇ ਕਿਹਾ, ਕਿਸੇ ਕਿਸਾਨ ਆਗੂ ਨੇ ਕਿਹਾ, ਜਥੇਬੰਦੀ ਨੇ ਕਿਹਾ, ਚਲੋ ਯਾਰ ਜਾ ਕੇ ਆਪਾਂ ਘੇਰ ਲੈਂਦੇ ਹਾਂ, ਤਾਂ ਪਰ ਉਹਦੀ ਸਮਝ ਨਹੀਂ ਹੁੰਦੀ।
भी घेरिया क्यों जाना, यदा मकसद क्यों है, ये लड़ाई क्यों लड़ी जा रही है। हुण साडी समझ की आ, साडी समझ इन्नी खड़ी है इन्हां इन्हां गल्लां दे उत्ते वी दिल्ली संघर्ष चल रहा है, काले कानून नारे चल रहा, काले कानून रद्द करना, जमीना बचाउणियां, इदों अगे दी समझ नहीं भी अगलिया ने साडी यूनिवर्सिटी भी खोली, तैयारी कर ली खोण दी। हुण तुसीं इह देखो सैनेट दीआं चोणां ने 26 तरीक नूं जिहड़े 36 बंदे उत्थों इह करा के लिआए आ, नॉमीनेट होए ने 36 बंदे सीधे रूप दे विच, इह बीसी करा के लिआया जिहड़ा राज कुमार आ बीजेपी के उत्तों, 36 दे 36 बंदे च इक बंदा भी पंजाबी नहीं। अगला तुहानूं चार्ज पेरों घेरी जांदा है, कल्लियां जमीनां दी ना गल करो, थोड़े इतिहास नूं तोड़िया जा रहा, किताबां दे विचों खत्म किया जा रहा, तुहाडा तुहाडे बच्चे आने वाले किहड़ा इतिहास पढ़नगे, इस गल ते गौर करो। तुहाडियां पुरातन इमारतां नूं ਲੱਖੇ ਨੂੰ ਲੱਗਦਾ ਹੈ ਸਮਾਜਿਕ ਚੇਤਨਾ ਦੇ ਨਾਲ ਫਿਰ ਰਾਜਨੀਤਿਕ ਚੇਤਨਾ ਦੀ ਬਿਲਕੁਲ ਵੀਰੇ ਤੁਹਾਡੇ ਮੈਂ ਗੱਲ ਕਰਦਾ, ਤੁਹਾਡੀਆਂ ਪ੍ਰਾਤਨ ਇਮਾਰਤਾਂ ਦੇਖੋ, ਜੱਲਿਆਂ ਵਾਲੇ ਬਾਗ ਨੂੰ ਕਹੇ ਨਵਾਂ ਬਣਾਉਣਾ ਹੈ, ਨਵੇਂ ਦਾ ਬਹਾਨਾ ਬਣਾ ਕੇ ਉਹਦਾ ਸਾਰਾ ਕੁਝ ਹੀ ਬਦਲਤਾ, ਸਾਡੇ ਲੋਕ ਉੱਥੇ ਵੀ ਚੁੱਪ ਆ, ਸਾਡੀ ਕੋਈ ਦਰਸ਼ਨੀ ਡਿਊੜੀ ਢਾ ਦੇ ਅਸੀਂ ਉੱਥੇ ਵੀ ਚੁੱਪ ਹੈ, ਸਾਡੀ ਕੋਈ ਕਿਲੇ ਨੂੰ ਢਾ ਦੇ ਅਸੀਂ ਉੱਥੇ ਵੀ ਚੁੱਪ ਹਾਂ। ਸਾਨੂੰ ਤਾਂ ਯਾਰ ਇਕੱਲੀ ਇੱਥੇ ਕੁ ਸਮਝ ਹੈ, ਜ਼ਮੀਨ ਬਚਾ ਲਓ ਖੇਤੀ ਕਰ ਲਓ, ਜ਼ਮੀਨ ਬਚਾ ਲਓ ਖੇਤੀ ਕਰ ਲਓ, ਇੱਕ ਦੋ ਮਿੰਟ ਤੇ ਮਿਲਣ ਲੱਗਿਆ, ਫਸਲ ਵੇਚ ਲਓ ਬਸ, ਉਦੋਂ ਬਾਅਦ ਆੜਤ ਕੇ ਉਦੋਂ ਪੈਸੇ ਫੜ ਲਿਓ, ਫਿਰ ਇੱਕ ਗੱਡੀ ਲੈ ਲਓ, ਫਿਰ ਇੱਕ ਦੋ ਮੰਜ਼ਲੀ ਕੋਠੀ ਪਾ ਲਓ ਕਰਜ਼ਾ ਚੱਕ ਕੇ, ਫਿਰ ਇੱਕ ਨਵਾਂ ਟਰੈਕਟਰ ਕਢਾ ਲਓ, ਫਿਰ ਉਹ ਟਰੈਕਟਰ ਲਿਆ ਕੇ ਮੰਡੀ 'ਤੇ ਨਵਾਂ ਹੀ ਵੇਚ ਦਿਓ, 50,000 ਕਢਾ ਕੇ, ਅਸੀਂ ਤਾਂ ਸਮਝ ਹੀ ਇੱਥੇ ਖੜੀ ਹੈ। ਅਸੀਂ ਉੱਧਰ ਨੂੰ ਤਾਂ ਧਿਆਨ ਹੀ ਨਹੀਂ ਮਾਰਿਆ ਕਿ ਨਹੀਂ ਯਾਰ ਸਾਡਾ ਤਾਂ ਸਾਰਾ ਕੁਛ ਹੀ ਖੁਰ ਰਿਹਾ। ਇੱਕ ਜਦੋਂ ਦੇਖੋ ਇਹ ਜਿਹੜੀ ਕੌਮ ਦੀ ਨੀਂਹ ਹੈ, ਇਹ ਕੌਮ ਦੀ ਨੀਂਹ ਐਵੇਂ ਨਹੀਂ ਵੀ ਇਹ ਕੌਮ ਦੀ ਕੋਈ ਨੀਂਹ ਕੱਚੀਆਂ ਇੱਟਾਂ ਦੇ ਉੱਤੇ ਧਰੀ ਗਈ ਹੈ, ਕੌਮ ਦੀ ਨੀਂਹ ਦੇ ਵਿੱਚ ਖੂਨ ਲੱਗਿਆ, ਸਿਰ ਲੱਗੇ ਨੇ, ਅਤੇ ਤਾਂ ਕੌਮ ਬਣੀ ਆ, ਤਾਂ ਵਿਰਾਸਤ ਬਣੀ ਆ, ਅਤੇ ਅਸੀਂ ਤਾਂ ਯਾਰ ਬਿਨਾਂ ਗੱਲ ਤੋਂ ਇੰਨਾ ਚੱਕਰਾਂ 'ਚ ਲਿਜਾ ਤੇ ਇਹਨਾਂ ਨੇ ਲੋਕਾਂ ਨੇ ਸਾਨੂੰ। ਸੋ ਇਹ ਗੱਲ ਸਮਝਣ ਦੀ ਲੋੜ ਆ ਕਿ ਲੜਾਈ ਅਸੀਂ ਕਿਹੜੀ ਲੜਨੀ ਹੈ, ਅਤੇ ਇਹ ਲੜਾਈ ਲੜਨੀ ਪੈਣੀ ਆ ਲੰਬੀ। ਅਤੇ ਇੱਕ ਗੱਲ ਤੁਹਾਨੂੰ ਅਖੀਰ 'ਤੇ ਹੋਰ ਕਹਿ ਦੇਣਾ, ਬਾਹਲਾ ਲੰਬੇ ਸਮੇਂ ਦੀ ਮੰਗ, ਅਤੇ ਜਿੱਦਾਂ ਇਹ ਪੰਜਾਬ ਦੇ ਪੂਰੇ ਮੁਲਕ ਦੇ ਹਾਲਾਤ ਇਹ ਹੋਣਾ, ਪੂਰਾ ਮੁਲਕ ਇਹ ਪੂੰਜੀਪਤੀਆਂ ਦੇ ਗੁਲਾਮ ਹੋਣਾ, ਅਤੇ ਜਿੱਦਾਂ ਇਸ ਪੂੰਜੀਪਤੀਆਂ ਤੋਂ ਗੁਲਾਮੀ ਤੋਂ ਆਜ਼ਾਦੀ ਦਿਵਾਉਣ ਦੀ ਗੱਲ ਆਈ, ਉਹ ਇਸ ਧਰਤੀ ਤੋਂ ਸ਼ੁਰੂ ਹੋਊਗੀ। ਆ ਉਹ ਪੰਜਾਬ ਦੀ ਧਰਤੀ ਹੈ ਜਿੱਥੋਂ ਬਗਾਵਤਾਂ ਉੱਠੀਆਂ ਨੇ, ਜਿੱਥੋਂ ਜ਼ੁਲਮ ਦੇ ਖਿਲਾਫ਼ ਲਹਿਰਾਂ ਉੱਠੀਆਂ ਨੇ, ਇਹ ਉਹ ਧਰਤੀ ਹੈ, ਇੱਥੋਂ ਸ਼ੁਰੂ ਹੋਣਾ ਕੰਮ, ਅੱਜ ਹੋ ਜੇ ਭਲਕੇ ਹੋ ਜੇ, ਇਹਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਪੈਣਾ। ਸ਼ੁਕਰੀਆ ਠੀਕ ਹੈ ਸੀ ਕਿ ਲਖਵੀਰ ਸਿੰਘ ਲੱਖਾ ਸਧਾਣਾ, ਇਹਨਾਂ ਦਾ ਕਹਿਣਾ ਹੈ ਕਿ ਸਮਾਜਿਕ ਚੇਤਨਾ ਦੀ ਵੀ ਲੋੜ ਆ, ਸਿਰਫ ਨਰਮੇ ਦੀ ਗਰਦੌਰੀ ਤੱਕ ਨਾ ਸੀਮਤ ਰਹੀਏ। ਅਸੀਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹਮਲੇ ਹੋ ਰਹੇ ਆ, ਸਾਡੀਆਂ ਯੂਨੀਵਰਸਿਟੀਆਂ ਖੋਲ੍ਹੀਆਂ, ਸਾਡੀਆਂ ਵਿਰਾਸਤੀ ਇਮਾਰਤਾਂ ਖੋਲ੍ਹੀਆਂ, ਸੋ ਲੜਨਾ ਕਿਸ ਦੇ ਖਿਲਾਫ਼ ਆ, ਇਸ ਦੇ ਲਈ ਚੇਤਨਾ ਦੀ ਲੋੜ ਹੈ ਅਤੇ ਚੇਤਨ ਹੋਣ ਦੀ ਲੋੜ ਹੈ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਤਲਵੰਡੀ ਸਾਬੋ, ਬਠਿੰਡਾ।